ਕੀ ਯੂਜ਼ ਕਰਾਂਗੇ ਬੱਚੇ ਆਪਾਂ? ਐਵਰੀਵਨ ਆਰ ਐਕਸਪੈਕਟਡ ਟੂ ਕਮ ਟੂ ਸਕੂਲ ਟੁਮਾਰੋ। ਹੁਣ ਆਵਾਜ਼ ਆ ਰਹੀ ਹੈ ਬੱਚੇ, ਦੱਸੋ। ਓਕੇ ਚਲੋ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਤਾਂ ਇੱਥੇ ਕੀ ਆਏਗਾ ਬੱਚੇ? ਐਵਰੀਵਨ ਦੇ ਨਾਲ ਕੀ ਆਏਗਾ? ਸਿੰਗੂਲਰ ਵਰਬ ਆਏਗੀ। ਕੀ ਆਏਗਾ? ਸਿੰਗੂਲਰ ਵਰਬ। ਨੈਕਸਟ ਕੁਐਸਚਨ, ਕਰੋ ਬੱਚੇ ਧਿਆਨ ਨਾਲ ਸਾਰੇ ਕੁਐਸਚਨ ਕਰੋ। ਹਾਂਜੀ ਏ ਪਾਰਟ ਦੇ ਵਿੱਚ ਐਰਰ ਸੀਗੀ ਆਪਣੇ ਕੋਲੇ। ਆਵਾਜ਼ ਕਲੀਅਰ ਹੈ ਬੱਚੇ ਹੁਣ ਸਭ ਨੂੰ? ਸੈਕਿੰਡ ਕੁਐਸਚਨ ਹੈ ਆਪਣੇ ਕੋਲੇ, ਦਾ ਹਿੰਦੂ ਇਜ਼ ਮੋਸਟ ਪਾਪੂਲਰ ਦੈਨ ਐਨੀ ਅਦਰ ਨਿਊਜ਼ਪੇਪਰ ਇਨ ਇੰਡੀਆ, ਜਾਂ ਫਿਰ ਨੋ ਐਰਰ ਹੈ ਦੱਸੋ, ਕਿਹੜੇ ਪਾਰਟ ਦੇ ਵਿੱਚ ਐਰਰ ਹੈਗੀ ਆ? ਦਾ ਹਿੰਦੂ ਇਜ਼ ਮੋਸਟ ਪਾਪੂਲਰ ਦੈਨ ਐਨੀ ਅਦਰ ਨਿਊਜ਼ਪੇਪਰ ਇਨ ਇੰਡੀਆ। ਓਕੇ ਜੀ, ਓਕੇ ਕਰੋ ਸੈਕਿੰਡ ਕੁਐਸਚਨ ਦਾ ਆਂਸਰ ਕਰੋ ਬੱਚੇ ਜਲਦੀ ਤੋਂ ਜਲਦੀ। ਕਿਹੜੇ ਪਾਰਟ ਦੇ ਵਿੱਚ ਐਰਰ ਹੈਗੀ ਦੱਸੋ? ਦ ਹਿੰਦੂ ਇਜ਼ ਮੋਸਟ ਪਾਪੂਲਰ ਦੈਨ ਐਨੀ ਅਦਰ ਨਿਊਜ਼ਪੇਪਰ ਇਨ ਇੰਡੀਆ, ਜਾਂ ਫਿਰ ਕੋਈ ਗਲਤੀ ਨਹੀਂ ਹੈਗੀ ਇਹਦੇ ਵਿੱਚ? ਹਾਂਜੀ ਗੱਲ ਕਰਦੇ ਆ ਦਾ ਹਿੰਦੂ ਇਜ਼, ਹਿੰਦੂ ਕੀ ਹੈ ਬੱਚੇ? ਇੱਕ ਨਿਊਜ਼ਪੇਪਰ ਆ। ਤੇ ਇਹਦਾ ਜਿਹੜਾ ਕੰਪੈਰੀਜ਼ਨ ਆ ਉਹ ਕਿਹਦੇ ਨਾਲ ਕੀਤਾ ਗਿਆ? ਐਨੀ ਅਦਰ ਨਿਊਜ਼ਪੇਪਰ ਦੇ ਨਾਲ ਕੀਤਾ ਗਿਆ। ਕਿਹਦੇ ਨਾਲ ਕੀਤਾ ਗਿਆ ਵੀ? ਐਨੀ ਅਦਰ ਨਿਊਜ਼ਪੇਪਰ ਦੇ ਨਾਲ ਇਹਦਾ ਜਿਹੜਾ ਕੰਪੈਰੀਜ਼ਨ ਆ ਕੀਤਾ ਗਿਆ। ਤਾਂ ਦੋ ਚੀਜ਼ਾਂ ਦੇ ਵਿਚਕਾਰ ਕੰਪੈਰੀਜ਼ਨ ਜਦੋਂ ਹੁੰਦਾ ਤਾਂ ਆਪਾਂ ਕਿਹੜੀ ਡਿਗਰੀ ਯੂਜ਼ ਕਰਦੇ ਆ ਬੱਚੇ? ਕੰਪੈਰੀਟਿਵ ਡਿਗਰੀ ਯੂਜ਼ ਕਰਾਂਗੇ। ਕਿਹੜੀ ਡਿਗਰੀ ਯੂਜ਼ ਕਰਾਂਗੇ? ਕੰਪੈਰੀਟਿਵ ਡਿਗਰੀ। ਤਾਂ ਆਪਣੇ ਕੋਲ ਇੱਥੇ ਕੀ ਆ ਜਾਏਗਾ ਫਿਰ? ਕਿਹੜੇ ਪਾਰਟਸ ਦੇ ਵਿੱਚ ਐਰਰ ਹੈਗੀ ਆਪਣੇ ਕੋਲੇ? ਪਾਰਟ ਨੰਬਰ 2 ਦੇ ਵਿੱਚ ਐਰਰ ਹੈਗੀ ਆ। ਤਾਂ ਰਾਈਟ ਆਪਸ਼ਨ ਕੀ ਆ ਜਾਏਗੀ ਆਪਣੇ ਕੋਲੇ? ਤਾਂ ਇਹਦਾ ਆਂਸਰ ਕੀ ਆਏਗਾ ਬੱਚੇ? ਮੋਰ ਪਾਪੂਲਰ। ਕੀ ਆਏਗਾ ਕਰੈਕਸ਼ਨ? ਕੀ ਕਰਾਂਗੇ ਆਪਾਂ? ਮੋਰ ਪਾਪੂਲਰ। ਹਾਂਜੀ ਨੈਕਸਟ ਚੱਲੀਏ। ਨੈਕਸਟ ਥਰਡ ਕੁਐਸਚਨ ਕੀ ਹੈ ਬੱਚੇ ਆਪਣਾ? ਆਲ ਮੈਂਗੋਜ਼ ਇਨ ਦਿਸ ਬਾਸਕਿਟ ਆਰ ਓਵਰ ਰਾਈਪ, ਜਾਂ ਫਿਰ ਨੋ ਐਰਰ ਦੱਸੋ, ਕਿਹੜੇ ਪਾਰਟਸ ਦੇ ਵਿੱਚ ਮਿਸਟੇਕ ਹੈਗੀ ਆ? ਆਲ ਮੈਂਗੋਸ ਫਸਟ ਪਾਰਟ ਹੈਗਾ, ਇਨ ਦਿਸ ਬਾਸਕਿਟ ਸੈਕਿੰਡ ਹੈਗਾ, ਆਰ ਓਵਰ ਰਾਈਪ ਥਰਡ ਪਾਰਟ ਹੈਗਾ, ਐਂਡ ਫੋਰ ਪਾਰਟ ਇਜ਼ ਨੋ ਐਰਰ। ਵਟ ਸ਼ੁਡ ਬੀ ਦਾ ਰਾਈਟ ਆਂਸਰ ਬੱਚੇ ਦੱਸੋ? ਕਿਹੜੇ ਪਾਰਟਸ ਦੇ ਵਿੱਚ ਐਰਰ ਹੈਗੀ ਆ? ਹਾਂਜੀ ਤਾਂ ਆਲ ਮੈਂਗੋਜ਼ ਇਨ ਦਿਸ ਬਾਸਕਿਟ ਆਰ ਓਵਰ ਰਾਈਪ। ਗੱਲ ਕਰਦੇ ਹਾਂ ਆਲ ਮੈਂਗੋਜ਼ ਦੀ, ਆਫਟਰ ਕੀ ਆਪਣੇ ਕੋਲ? ਇਨ ਕੀ ਹੈ ਬੱਚੇ? ਪ੍ਰੈਪੋਜੀਸ਼ਨ ਦਾ ਯੂਜ਼ ਹੋਇਆ ਹੋਇਆ। ਕਦੇ ਵਾਸਤੇ ਵੀ ਪ੍ਰੈਪੋਜੀਸ਼ਨ ਤੋਂ ਪਹਿਲਾਂ ਆਪਣੇ ਕੋਲ ਨਾਉਨ ਆ ਜਾਏ ਤਾਂ ਆਪਾਂ ਉਹਨੂੰ ਕਿਹਦੇ ਨਾਲ ਰਿਪ੍ਰੈਜੈਂਟ ਕਰਾਂਗੇ? ਆਲ ਮੈਂਗੋਜ਼ ਇਨ ਦਿਸ ਬਾਸਕਿਟ ਆਰ ਓਵਰ ਰਾਈਪ। ਠੀਕ ਹੈ, ਤਾਂ ਆਲ ਮੈਂਗੋਜ਼ ਜਿਹੜੇ ਹੈਗੇ ਨੇ ਇਸ ਬਾਸਕਿਟ ਦੇ ਵਿੱਚ ਕੀ ਨੇ? ਵੀ ਆਰ ਓਵਰ ਰਾਈਪ ਹੋ ਚੁੱਕੇ ਨੇ ਉਹ। ਤਾਂ ਜਦੋਂ ਆਪਾਂ ਇੱਥੇ ਆਪਣੇ ਕੋਲ ਪ੍ਰੈਪੋਜੀਸ਼ਨ ਆ ਗਈ
ਤਾਂ ਇੱਥੇ ਆਪਾਂ ਆਲ ਤੋਂ ਬਾਅਦ ਕੀ ਲਗਾਵਾਂਗੇ ਦਾ ਲਗਾਵਾਂਗੇ ਕਿਉਂਕਿ ਪ੍ਰੈਪੋਜੀਸ਼ਨ ਨੂੰ ਜੋ ਨਾਊਨ ਹੈਗਾ ਆਪਣੇ ਕੋਲੇ ਇਹਨੂੰ ਡੈਫੀਨੇਟ ਜਿਹੜਾ ਹੈਗਾ ਨਾਊਨ ਬਣਾ ਦਿੰਦੀ ਹੈ ਤਾਂ ਉਹ ਕੀ ਬਣ ਗਿਆ ਆਪਣੇ ਕੋਲੇ ਦ ਠੀਕ ਹੈ ਇੱਕ ਪਰਟੀਕੂਲਰ ਚੀਜ਼ ਆ ਗਈ ਆਪਣੇ ਕੋਲੇ ਕੀ ਯੂਜ਼ ਕਰਾਂਗੇ ਦ ਮੈਂਗੋਜ਼ ਯੂਜ਼ ਕਰਾਂਗੇ ਬੱਚੇ ਆਲ ਦਾ ਮੈਂਗੋਜ਼ ਡੈਫੀਨੇਟ ਚੀਜ਼ ਹੈਗੀ ਆਪਣੇ ਕੋਲੇ ਕਿਉਂਕਿ ਜਦੋਂ ਪ੍ਰੈਪੋਜੀਸ਼ਨ ਇਨ ਲੱਗ ਜੇ ਤਾਂ ਉਸ ਤੋਂ ਪਹਿਲਾਂ ਜਿਹੜਾ ਨਾਊਨ ਹੁੰਦਾ ਉਹ ਹਮੇਸ਼ਾ ਹੀ ਕੀ ਹੁੰਦਾ ਉਹ ਡੈਫੀਨੇਟ ਹੋਇਆ ਹੁੰਦਾ ਆਪਣੇ ਕੋਲੇ ਨੈਕਸਟ ਚੱਲਦੇ ਆ ਕੁਐਸਚਨ ਨੰਬਰ 4 ਇਜ਼ ਦੇਅਰ ਕਿ ਵਾਈ ਦੇ ਡਿਡਨਟ ਟਰਨ ਅਪ ਟੂ ਦਾ ਵਰਕਸ਼ਾਪ why they didn't turn up to the workshop ya fir no error kede parts de vich galti hai dasso why they didn't turn up to the workshop gal karde han sense of sentence di ta jehda apna basic jehda hega pattern oh ki banda hunda ki apa pehla why after that we have do does did plus not plus ਆਪਣੇ ਕੋਲੇ ਜੋ ਹੈ ਪ੍ਰੋਨਾਊਨਸ ਔਰ ਦੇ ਯੂਜ਼ ਕਰਾਂਗੇ ਆਪਾਂ ਫਿਰ ਆਪਣੇ ਕੋਲੇ ਜੋ ਹੈ ਪਾਸਟ ਆ ਜਾਏਗਾ ਜੋ ਟੈਂਸ ਹੈ ਆਪਣੇ ਕੋਲੇ ਉਹ ਆ ਜਾਏਗਾ ਤਾਂ ਇਹ ਜਿਹੜੀ ਕਰੈਕਟ ਫਾਰਮ ਜਿਹੜੀ ਬੱਚੇ ਇਹੀ ਰਹੂਗੀ ਆਪਣੇ ਕੋਲੇ ਤਾਂ ਆਪਾਂ ਕੀ ਬਣਾਵਾਂਗੇ ਵਾਈ ਡਿਡਨਟ ਦੇ why didn't they turn up to the workshop hanji next we are leaving for kerala today we are leaving for kerala today what should be the right answer ki rahega toda right answer dasso we are leaving for kerala today ਨਹੀਂ ਬੱਚੇ ਇਹ ਸੈਂਟੈਂਸ ਦੇ ਵਿੱਚ ਕੋਈ ਵੀ ਗਲਤੀ ਨਹੀਂ ਹੈਗੀ ਸੈਂਟੈਂਸ ਫਾਰਮੇਸ਼ਨ ਬਿਲਕੁਲ ਹੀ ਸਹੀ ਹੈਗਾ ਤਾਂ ਆਪਾਂ ਆਪਸ਼ਨ ਕੀ ਲਾਵਾਂਗੇ ਨੋ ਏਰਰਸ ਆਪਸ਼ਨ ਲਾਵਾਂਗੇ ਨੋ ਏਰਰ ਇਸ ਸੈਂਟੈਂਸ ਜਿਹੜਾ ਹੈਗਾ ਇਹ ਸੈਂਟੈਂਸ ਜੋ ਹੈ ਬੱਚੇ ਬਿਲਕੁਲ ਸਹੀ ਹੈਗਾ ਆਪਣੇ ਕੋਲੇ ਨੈਕਸਟ ਨੈਕਸਟ ਕੁਐਸਚਨ ਨੰਬਰ 6 ਦੀ ਗੱਲ ਕਰਦੇ ਹਾਂ ਦ ਆਰਟਿਸਟ ਐਂਡ ਰਾਈਟਰ ਫਸਟ ਆਪਸ਼ਨ ਆਪਣੇ ਕੋਲੇ ਇਹਦੇ ਵਿੱਚ ਤੁਸੀਂ ਫਾਈਂਡ ਕਰੋ ਕਿ ਗਲਤੀ ਹੈ has died the artist and writer has died ਕੀ ਆਊਗਾ ਬੱਚੇ ਸਹੀ ਆਨਸਰ ਦੱਸੋ the artist and writer has died ਜਾਂ ਫਿਰ no error ਆ ਦੱਸੋ the artist and writer has died no error ਤਾਂ ਇਸ ਪਾਰਟ ਦੇ ਵਿੱਚ ਵੀ ਇਹ ਸੈਂਟੈਂਸ ਦੇ ਵਿੱਚ ਵੀ ਕੋਈ ਵੀ ਗਲਤੀ ਨਹੀਂ ਹੈਗੀ ਤਾਂ ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਦ ਆਰਟਿਸਟ ਐਂਡ ਰਾਈਟਰ ਹੈਜ਼ ਡਾਈਡ ਤਾਂ ਸਿੰਗੂਲਰ ਜਿਹੜਾ ਹੈਗਾ ਬੱਚੇ ਉਹੀ ਆਰਟਿਸਟ ਆਪਣੇ ਕੋਲੇ ਐਂਡ ਉਹੀ ਰਾਈਟਰ ਆ ਅੰਡਰਸਟੈਂਡ ਜੋ ਆਰਟਿਸਟ ਆਪਣੇ ਕੋਲੇ ਉਹੀ ਰਾਈਟਰ ਆ ਅਗਰ ਇੱਥੇ ਦ ਦਾ ਯੂਜ਼ ਹੋਇਆ ਹੁੰਦਾ ਆਰਟੀਕਲ ਇੱਥੇ ਆਪਣੇ ਕੋਲੇ ਦ ਯੂਜ਼ ਹੋਇਆ ਹੁੰਦਾ ਤਾਂ ਫਿਰ ਆਪਾਂ ਇੱਥੇ ਹੈਵ ਲਗਾਉਂਦੇ otherwise it is a correct sentence next question number 7 is there
डू इट फास्ट बच्चे। आई विल रिटर्न बैक इन 5 मिनट्स। आई विल रिटर्न बैक इन 5 मिनट्स। करो कि पार्ट्स के बीच एरर हैगी है, फाइंड करो। रिटर्न एंड बैक ये कदे भी इकट्ठे नहीं आ सकते बच्चे, ठीक है। तो इतने आप बैक जो है यदा नो यूज ऑफ बैक विल बी हेयर, तो आई विल रिटर्न इन 5 मिनट्स। अंडरस्टैंड बच्चे, नेक्स्ट क्वेश्चन पे चलिए। द नेक्स्ट क्वेश्चन इज क्वेश्चन नंबर 8 इज देयर। आई हैव सीन हिम यस्टरडे। आई हैव सीन हिम यस्टरडे। जल्दी रिप्लाई करिए करो बच्चे। आई हैव सीन हिम यस्टरडे की आऊगा दसो, केड़े पार्ट दे विच एरर है। यस्टरडे वर्ड केड़े अपने सेंस टाइम नू बच्चे प्रेजेंट कर रहे, अपने कोले केड़े टाइम नू इंडिकेट कर रहे है पास्ट नू, तो पास के आप यूज करते हैं आई हैड। हैड का यूज करेंगे बच्चे आप। नेक्स्ट, ही इज फैटर दैन मी। ही इज फैटर दैन मी। केड़े पार्ट्स के विच एरर हैगी है बच्चे दसो। ही इज फैटर दैन मी। नहीं बच्चे पार्ट ए दे विच कोई गलती नहीं हैगी अपने कोले, नो एरर है पार्ट ए दे विच। देखो ही इज फैटर दैन मी, तां गल करदे हां ही दी, तां सेंटेंस की दी गल कर रहे हैं बच्चे। सेंटेंस विच आपा पर्सनल प्रोनाउन दी गल करदे हां, तां ही दा जिहड़ा सब्जेक्टिव केस आ किहदे नाल बनेगा, किहदे नाल बनेगा बच्चे आई दे नाल। सब्जेक्टिव केस दा कंपैरिजन आपा हमेशा ही किहदे नाल करदे हां, सब्जेक्टिव केस दे नाल ही करांगे। हाँ जी, तो इतने अपने को ही गए सी बच्चे सब्जेक्ट सीगा, पर्सनल प्रोनाउन की गल की गई है, तो मी की आ गया अपने इतने को, मी का जरा सब्जेक्ट की बनेगा आई बनेगा। नेक्स्ट करो बच्चे क्वेश्चन नंबर 10। 10 इज देयर की इम्प्रूवमेंट ऑफ सेंटेंसेस करनी है अपने, करो की आएगा। बीइंग अ रेनी डे, बीइंग अ रेनी डे वी हैड टू बंडन द मैच। की आएगा ऑप्शंस, हैविंग बीन अ रेनी डे। ऑप्शन टू इज देयर इट बीइंग अ रेनी डे। ऑप्शन थ्री इज देयर इट बीइंग अ रेनी डे। एंड फोर ऑप्शन इज देयर नो इम्प्रूवमेंट, या फिर अपन इस दे विच कोई भी इंप्रूवमेंट करने की जरूरत नहीं हैगी सेंटेंस दे विच। की आंसर सही रहने वाला दसो।
ਬੱਚੇ ਗੱਲ ਕਿਹਦੀ ਕੀਤੀ ਗਈ ਹੈ? ਰੇਨੀ ਡੇ ਦੀ। ਰੇਨੀ ਡੇ ਨੂੰ ਪੁਆਇੰਟ ਆਊਟ ਕਰਨ ਦੇ ਲਈ ਆਪਾਂ ਇਟ ਦੇ ਨਾਲ ਕੀ ਲਗਾਵਾਂਗੇ? ਇਟ ਬੀਇੰਗ ਅ ਰੇਨੀ ਡੇ। ਤਾਂ ਆਪਸ਼ਨ ਨੰਬਰ 2 ਵਿਲ ਬੀ ਦਾ ਰਾਈਟ ਆਨਸਰ ਹੇਅਰ। ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ। ਤਾਂ ਕੀ ਆਪਸ਼ਨ ਆ ਗਈ ਆਪਣੇ ਕੋਲੇ? ਆਪਸ਼ਨ ਨੰਬਰ 2 ਇਜ਼ ਦਾ ਕਰੈਕਟ ਆਨਸਰ ਬੱਚੇ, ਇਟ ਬੀਇੰਗ ਅ ਰੇਨੀ ਡੇ। ਨੈਕਸਟ, ਰਾਹੁਲ ਗੇਵ ਮੀ ਐਨ ਓਲਡ ਸੀਜ਼ਰ। ਰਾਹੁਲ ਗੇਵ ਮੀ ਐਨ ਓਲਡ ਸੀਜ਼ਰ। ਐਨ ਓਲਡ ਸੀਜ਼ਰਸ, ਅ ਪੇਅਰ ਆਫ ਓਲਡ ਸੀਜ਼ਰਸ, ਅ ਪੇਅਰ ਆਫ ਓਲਡ ਸੀਜ਼ਰ ਔਰ ਨੋ ਇੰਪਰੂਵਮੈਂਟ। ਵਾਟ ਸ਼ੁਡ ਬੀ ਦਾ ਰਾਈਟ ਆਨਸਰ? ਕਰੋ ਬੱਚੇ ਜਲਦੀ ਰਿਪਲਾਈ। ਰਾਹੁਲ ਗੇਵ ਮੀ ਐਨ ਓਲਡ ਸੀਜ਼ਰ, ਵਾਟ ਸ਼ੁਡ ਬੀ ਦਾ ਰਾਈਟ ਆਨਸਰ? ਹਾਂਜੀ, ਰਾਹੁਲ ਗੇਵ ਮੀ ਐਨ ਓਲਡ ਸੀਜ਼ਰ। ਤਾਂ ਜਦੋਂ ਵੀ ਆਪਾਂ ਸੀਜ਼ਰ ਦੀ ਗੱਲ ਕਰਦੇ ਹਾਂ ਬੱਚੇ, ਤਾਂ ਇਹ ਵਰਡ ਕੀ ਆਪਣੇ ਕੋਲੇ? ਸੀਜ਼ਰਸ ਹੀ ਰਹੇਗਾ। ਕੀ ਰਹੇਗਾ? ਸੀਜ਼ਰਸ। ਠੀਕ ਹੈ, ਐਜ਼ ਆ ਇਹ ਸਿੰਗੂਲਰ ਐਂਡ ਪਲੂਰਲ ਬੋਥ ਫਾਰਮਸ ਦੇ ਵਿੱਚ ਹੀ ਯੂਜ਼ ਹੁੰਦਾ ਬੱਚੇ ਇਹ ਵਰਡ ਸੀਜ਼ਰਸ। ਤਾਂ ਆਪਾਂ ਇੱਥੇ ਗੱਲ ਕਰ ਰਹੇ ਹਾਂ ਇੱਕ ਸੀਜ਼ਰ ਦੀ, ਤਾਂ ਅ ਪੇਅਰ ਆਫ ਓਲਡ ਸੀਜ਼ਰਸ ਆਏਗਾ ਬੱਚੇ, ਅ ਪੇਅਰ ਆਫ ਓਲਡ ਸੀਜ਼ਰਸ। ਇਹ ਵਾਲਾ ਵੀ ਰੋਂਗ ਹੈ, ਇਹ ਵੀ ਰੋਂਗ ਹੈ। ਨੈਕਸਟ, ਅ ਪੇਅਰ ਆਫ ਸ਼ੂਜ਼ ਹੈਵ ਬੀਨ ਪਰਚੇਸਡ ਬਾਈ ਮੀ। ਅ ਪੇਅਰ ਆਫ ਸ਼ੂਜ਼ ਹੈਵ ਬੀਨ ਪਰਚੇਸਡ ਬਾਈ ਮੀ। ਵਾਟ ਸ਼ੁਡ ਬੀ ਦਾ ਰਾਈਟ ਆਨਸਰ? ਕੀ ਰਹੂਗਾ ਬੱਚੇ ਸਹੀ ਆਨਸਰ? ਹੈਜ਼ ਬੀਨ। ਅੰਡਰਲਾਈਨ ਹੈ ਹੈਵ ਬੀਨ। ਕੀ ਆਏਗਾ? ਆਪਸ਼ਨ ਏ ਹੈਜ਼ ਬੀਨ, ਬੀ ਹੈਜ਼ ਬੀਨ, ਥਰਡ ਵਨ ਇਜ਼ ਵੁੱਡ ਬੀਨ ਔਰ ਨੋ ਇੰਪਰੂਵਮੈਂਟ। ਇਹ ਵੀ ਕੀ ਹੈ ਬੱਚੇ? ਅ ਪੇਅਰ ਆਫ ਸ਼ੂਜ਼। ਪੇਅਰ ਆਫ ਸ਼ੂਜ਼ ਮੀਨਸ ਇੱਕ ਸਿੰਗੂਲਰ ਨਾਊਨ ਹੈਗਾ, ਤਾਂ ਸਿੰਗੂਲਰ ਨਾਊਨ ਦੇ ਨਾਲ ਆਪਾਂ ਕਦੇ ਵੀ ਹੈਵ ਦਾ ਯੂਜ਼ ਨਹੀਂ ਕਰਾਂਗੇ, ਤਾਂ ਸਿੰਗੂਲਰ ਵਰਬ ਦਾ ਹੀ ਯੂਜ਼ ਕਰਾਂਗੇ। ਤਾਂ ਕੀ ਲੱਗੇਗਾ? ਹੈਜ਼ ਲੱਗੇਗਾ। ਕੀ ਲਗਾਵਾਂਗੇ? ਹੈਜ਼ ਲਗਾਵਾਂਗੇ। ਨੈਕਸਟ, ਵੈਨ ਆਈ ਸ਼ੈਲ ਗੋ ਟੂ ਆਗਰਾ, ਆਈ ਸ਼ੈਲ ਵਿਜ਼ਿਟ ਦਾ ਤਾਜ ਮਹਿਲ। ਵੈਨ ਆਈ ਸ਼ੈਲ ਗੋ ਟੂ ਆਗਰਾ, ਆਈ ਸ਼ੈਲ ਵਿਜ਼ਿਟ ਦਾ ਤਾਜ ਮਹਿਲ। ਕੀ ਆਏਗਾ ਸਹੀ ਆਨਸਰ? ਹੈਵ ਗੋਨ, ਸ਼ੈਲ ਟਰੈਵਲ, ਗੋ, ਨੋ ਇੰਪਰੂਵਮੈਂਟ। ਦੱਸੋ ਕੀ ਰਹੇਗਾ ਸਹੀ ਆਨਸਰ? ਵੈਨ ਆਈ ਸ਼ੈਲ ਗੋ ਟੂ ਆਗਰਾ, ਆਈ ਸ਼ੈਲ ਵਿਜ਼ਿਟ ਦਾ ਤਾਜ ਮਹਿਲ। ਵੈਨ ਆਈ ਸ਼ੈਲ ਗੋ ਟੂ ਆਗਰਾ, ਤਾਂ ਸਹੀ ਆਪਸ਼ਨ ਆਪਣੇ ਕੋਲ ਕੀ ਆਊਗੀ ਬੱਚੇ? ਗੋ ਆਏਗਾ। ਵੈਨ ਆਈ ਗੋ ਟੂ ਆਗਰਾ, ਵੈਨ ਆਏ ਗੋ ਟੂ ਆਗਰਾ, ਕਿਉਂਕਿ ਫਿਊਚਰ ਜੋ ਟੈਂਸ ਹੈਗਾ ਬੱਚੇ, ਉਸਦਾ ਜਿਹੜਾ ਹੈਗਾ ਕੰਬੀਨੇਸ਼ਨ ਕਿਹਦੇ ਨਾਲ ਬਣੇਗਾ? ਕੰਬੋ ਉਹ ਪ੍ਰੈਜੈਂਟ ਟੈਂਸ ਦੇ ਨਾਲ ਬਣੇਗਾ। ਦੈਟਸ ਵਾਈ ਵੀ ਵਿਲ ਯੂਜ਼ ਹੇਅਰ ਗੋ। ਕਿਹਦਾ ਯੂਜ਼ ਕਰਾਂਗੇ ਬੱਚੇ ਆਪਾਂ? ਸਿੰਪਲ ਪ੍ਰੈਜੈਂਟ ਦਾ ਯੂਜ਼ ਕਰਾਂਗੇ, ਗੋ। ਨੈਕਸਟ,
क्वेश्चन नंबर 14 इज देयर द मिनिस्टर रैगरेड विल आंसर क्वेश्चंस ऑन टेलीविजन द मिनिस्टर रैगरेड विल आंसर क्वेश्चंस ऑन टेलीविजन विद है बच्चे द मिनिस्टर रैगरेड विद आंसर्स क्वेश्चंस ऑन टेलीविजन ਕਿਹੜੇ ਆਪਸ਼ਨ ਦੇ ਵਿੱਚ ਹੈ ਪ੍ਰੋਬਲਮ ਦੱਸੋ ਬੱਚੇ ਕਿੱਦਾਂ ਇੰਪਰੂਵ ਕਰੋਗੇ ਸੈਂਟੈਂਸ ਨੂੰ ਕਰੋ ਆਪਸ਼ਨ ਨੰਬਰ 1 ਇਜ਼ ਦੇਅਰ ਟੂ ਆਨਸਰ ਫੋਰ ਆਨਸਰਿੰਗ ਵਿਦ ਆਨਸਰਿੰਗ ਔਰ ਨੋ ਇੰਪਰੂਵਮੈਂਟ ਕੀ ਰਹੂਗਾ ਸਹੀ ਆਨਸਰ ਦੱਸੋ ਬੱਚੇ ਹਾਂਜੀ ਵੈਰੀ ਗੁੱਡ ਤਾਂ ਕੀ ਆਏਗਾ ਆਪਣੇ ਕੋਲੇ ਟੂ ਕੀ ਯੂਜ਼ ਕਰਾਂਗੇ ਆਪਾਂ ਐਗਰੀਡ ਟੂ ਆਨਸਰ ਐਗਰੀਡ ਦੇ ਨਾਲ ਜਿਹੜਾ ਫਿਕਸ ਪ੍ਰੈਪਰੇਸ਼ਨ ਲੱਗਦੀ ਹੈ ਟੂ ਲੱਗਦੀ ਹੈ ਦੇਅਰ ਵਿਲ ਬੀ ਨੋ ਯੂਜ਼ ਆਫ ਵਿਦ ਵਿਦ ਦਾ ਯੂਜ਼ ਨਹੀਂ ਕਰਾਂਗੇ ਆਪਾਂ ਕਿਸ ਦਾ ਯੂਜ਼ ਕਰਾਂਗੇ ਟੂ ਦਾ ਯੂਜ਼ ਕਰਾਂਗੇ ਬੱਚੇ ਨੈਕਸਟ ਇਨ ਦਾ ਹੌਟ ਆਫਟਰਨੂਨ ਆਫਟਰ ਅ ਲੌਂਗ ਵਾਕ ਆਈ ਰੈਸਟਡ ਅੰਡਰ ਦਾ ਸ਼ੈਡੋ ਆਫ ਅ ਟ੍ਰੀ ਇਨ ਦਾ ਹੌਟ ਆਫਟਰਨੂਨ ਆਫਟਰ ਅ ਲੌਂਗ ਵਾਕ I rested under the shadow of a tree. ਕੀ ਰਹੇਗਾ ਸਹੀ ਆਨਸਰ ਸ਼ੈਲਟਰ ਇਜ਼ ਦੇਅਰ ਸ਼ੇਡ ਇਜ਼ ਦੇਅਰ ਕੂਲ ਇਜ਼ ਦੇਅਰ ਅਦਰਵਾਈਜ਼ ਨੋ ਇੰਪਰੂਵਮੈਂਟ ਇਜ਼ ਦੇਅਰ ਕੀ ਰਹੇਗਾ ਸਹੀ ਆਨਸਰ ਦੱਸੋ ਅੰਡਰ ਦਾ ਸ਼ੈਡੋ ਆਫ ਟ੍ਰੀ ਬੱਚੇ ਗੱਲ ਕਰਦੇ ਹਾਂ ਸ਼ੈਡੋ ਦੀ ਇਹ ਕੀ ਆਪਣੇ ਕੋਲ ਇੱਕ ਸ਼ੈਡੋ ਕੀ ਹੈ ਇੱਕ ਆਪਾਂ ਕੋਈ ਵੀ ਇਹਨੂੰ ਜਿੱਦਾਂ ਸ਼ੇਡ ਆ ਬੱਚੇ ਇਹ ਤਾਂ ਇੱਕ ਆਪਣੇ ਕੋਲ ਡਾਰਕ ਏਰੀਆ ਹੋ ਗਿਆ ਕੋਈ ਕਿਸੇ ਵੀ ਚੀਜ਼ ਦਾ ਠੀਕ ਹੈ ਸ਼ੇਡ ਕੀ ਆਪਣੇ ਕੋਲ ਡਾਰਕ ਏਰੀਆ ਬਟ ਸ਼ੈਡੋ ਕੀ ਹੈਗੀ ਆਪਣੇ ਕੋਲ ਇੱਕ ਪਾਰਟ ਹੈਗਾ ਜਾਂ ਇਹ ਤਾਂ ਆਪਣੇ ਕੋਲ ਸ਼ੇਡ ਕੀ ਇੱਕ ਡਾਰਕ ਏਰੀਆ ਹੈਗਾ ਬਟ ਸ਼ੇਡੋ ਕੀ ਇੱਕ ਸ਼ੇਪ ਹੈਗੀ ਹੈ ਕਿਸੇ ਵੀ ਚੀਜ਼ ਦੀ ਠੀਕ ਹੈ ਸ਼ੇਡੋ ਕੀ ਹੈ ਕੋਈ ਵੀ ਡਾਰਕ ਸ਼ੇਪ ਹੋ ਸਕਦੀ ਹੈ ਜਿੱਦਾਂ ਆਪਣੀ ਸ਼ੇਡੋ ਬਣਦੀ ਆ ਉਹ ਕਿਹੜੀ ਮਤਲਬ ਸ਼ੇਪ ਦੀ ਹੁੰਦੀ ਆ ਡਾਰਕ ਸ਼ੇਡ ਦੀ ਹੁੰਦੀ ਆ ਨਾ ਡਾਰਕ ਸ਼ੇਪ ਦੀ ਹੁੰਦੀ ਆ ਤੇ ਜਿਹੜਾ ਸ਼ੇਡੋ ਆ ਇਹ ਵਾਲਾ ਵਰਡ ਆਪਾਂ ਇੱਥੇ ਨਹੀਂ ਯੂਜ਼ ਕਰਾਂਗੇ ਆਪਾਂ ਕਿਹੜਾ ਇੱਥੇ ਯੂਜ਼ ਕਰਾਂਗੇ ਸ਼ੇਡ ਵਾਲਾ ਕਰਾਂਗੇ ਕਿਉਂਕਿ ਉਹ ਸ਼ੇਡ ਕਿਹਨੂੰ ਰੀਪ੍ਰੈਜ਼ੈਂਟ ਕਰਦਾ ਇੱਕ ਡਾਰਕ ਏਰੀਆ ਨੂੰ ਰੀਪ੍ਰੈਜ਼ੈਂਟ ਕਰਦਾ ਇੱਥੇ ਤਾਂ ਇੱਥੇ ਆਪਾਂ ਕੀ ਲਗਾ ਦਾਂਗੇ ਸ਼ੇਡ ਆਫ ਆ ਟ੍ਰੀ ਲਗਾਵਾਂਗੇ ਕੀ ਲਗਾਵਾਂਗੇ ਸ਼ੇਡ ਆਫ ਆ ਟ੍ਰੀ ਲਗਾਵਾਂਗੇ ਨੈਕਸਟ ਫਿਲ ਇਨ ਦਾ ਬਲੈਂਕਸ ਕਰਨੀ ਹੈ ਬੱਚੇ ਕਰੋ ਹਾਂਜੀ ਦਿਸ ਇਜ਼ ਦਾ ਗਰਲ ਡੈਸ਼ ਇਜ਼ ਗੋਇੰਗ ਟੂ ਆਈ ਆਈ ਟੀ ਡੈਲੀ ਆਪਸ਼ਨ 1 ਇਜ਼ ਹੂਮ ਆਪਸ਼ਨ 2 ਇਜ਼ ਦੈਟ ਆਪਸ਼ਨ ਨੰਬਰ 3 ਇਜ਼ ਹੂ ਐਂਡ ਆਪਸ਼ਨ ਨੰਬਰ 4 ਇਜ਼ ਵਿਚ ਕਿਹੜਾ ਪ੍ਰੋਨਾਊਨ ਹੈਗਾ ਜਿਹੜਾ ਆਪਾਂ ਇੱਥੇ ਯੂਜ਼ ਕਰਾਂਗੇ ਬੱਚੇ ਦੱਸੋ ਦਿਸ ਇਜ਼ ਦਾ ਗਰਲ ਡੈਸ਼ ਇਜ਼ ਗੋਇੰਗ ਟੂ ਆਈ ਆਈ ਟੀ ਡੈਲੀ ਹੂਮ ਦੈਟ ਹੂ ਔਰ ਵਿਚ ਵਟ ਸ਼ੁਡ ਬੀ ਦਾ ਰਾਈਟ ਆਨਸਰ ਹਾਂਜੀ ਬੱਚੇ ਦਿਸ ਇਜ਼ ਦਾ ਗਰਲ Who is going to? Option number 3rd is the right answer. Option number 3rd is the right answer. Who? This is the girl who is going to IIT Delhi.
ਬੱਚੇ ਪਰਸਨ ਨੂੰ ਰੀਪ੍ਰੈਜ਼ੈਂਟ ਕਰਨ ਵਾਸਤੇ ਆਪਾਂ ਹੂ ਦਾ ਯੂਜ਼ ਕਰਾਂਗੇ, ਵਿੱਚ ਦਾ ਨਹੀਂ। ਨੈਕਸਟ, ਫਾਦਰ ਡਿਡਨਟ ਬਿਲੀਵ, ਆਈ ਸੈਡ। ਫਾਦਰ ਡਿਡਨਟ ਬਿਲੀਵ, ਆਈ ਸੈਡ। ਵਟ ਆਈ ਸੈਡ, ਵਿਚ ਆਈ ਸੈਡ, ਹੂ ਆਈ ਸੈਡ ਐਂਡ ਦੈਟ ਆਈ ਸੈਡ। ਹਾਂਜੀ, ਫਾਦਰ ਡਿਡਨਟ ਬਿਲੀਵ। ਤਾਂ ਕੀ ਆਊਗਾ ਬੱਚੇ ਸਹੀ ਆਂਸਰ? ਵਟ ਆਈ ਸੈਡ, ਫਾਦਰ ਡਿਡਨਟ ਬਿਲੀਵ ਵਟ ਆਈ ਸੈਡ। ਨੈਕਸਟ 18 ਕੁਐਸਚਨ ਇਜ਼ ਦੇਅਰ। There were no buses. We had to take a taxi. Even if there were no buses, or hence, since, or although. ਕਿਹੜੀ ਆਪਸ਼ਨ ਆਪਾਂ ਇੱਥੇ ਯੂਜ਼ ਕਰਾਂਗੇ? ਹਾਂਜੀ, There were no buses. We had to take a taxi. ਕੁਸ਼ਚਨ ਦਾ ਆਂਸਰ ਕਰੋ ਬੱਚੇ। ਈਵਨ ਇਫ, ਹੈਂਸ, ਸੈਂਸ ਔਰ ਆਲਦੋ। ਆਪਾਂ ਇੱਥੇ ਸੈਂਸ ਦਾ ਯੂਜ਼ ਕਰਾਂਗੇ ਬੱਚੇ, ਕਿਉਂਕਿ ਇੱਥੇ ਰੀਜ਼ਨ ਦੀ ਗੱਲ ਕੀਤੀ ਗਈ ਆ। ਰੀਜ਼ਨ ਨੂੰ ਦੱਸਣ ਲਈ ਆਪਾਂ ਕਿਸ ਦਾ ਯੂਜ਼ ਕਰਦੇ ਹਾਂ? ਸੈਂਸ ਦਾ, ਕਿ ਕੀ ਕਾਰਨ ਰਿਹਾ ਕਿ ਆਪਾਂ ਨੂੰ ਟੈਕਸੀ ਲੈਣੀ ਪੈ ਗਈ, ਕਿਉਂਕਿ ਦੇਅਰ ਵਰ ਨੋ ਬੱਸਿਸ। ਸਿੰਸ ਦਾ ਯੂਜ਼ ਹੋਏਗਾ ਬੱਚੇ ਇੱਥੇ। ਨੈਕਸਟ ਕੁਐਸਚਨ ਨੰਬਰ 19 ਇਜ਼ ਦੇਅਰ। ਦ ਬੋਏ ਵਾਸ ਲੀਨਿੰਗ ਅਗੇਂਸਟ ਦ ਪਿਲਰ। ਲਰਨਿੰਗ ਨੀ, ਲੀਨਿੰਗ ਅਗੇਂਸਟ ਦ ਪਿਲਰ। ਹਿਸ ਹੈਂਡਸ, ਹਿਸ ਪੈਕਟਸ, ਪਾਕਿਟਸ, ਸੋਰੀ, ਪਾਕਿਟਸ। ਦ ਬੋਏ ਵਾਸ ਲੀਨਿੰਗ ਅਗੇਂਸਟ ਦ ਪਿਲਰ, ਹਿਸ ਹੈਂਡਸ, ਹਿਸ ਪਾਕਿਟਸ। ਕੀ ਯੂਜ਼ ਕਰੋਗੇ? ਫੋਰ ਇਨਟੂ ਆਏਗਾ, ਵਿਦ ਇਨ ਆਏਗਾ, ਵਿਦ ਫਰੋਮ ਆਏਗਾ, ਜਾਂ ਫੋਰ ਇਨ ਆਏਗਾ? ਦਟ ਸ਼ੁਡ ਬੀ ਦ ਰਾਈਟ ਆਂਸਰ। ਕੀ ਰਹੇਗਾ ਬੱਚੇ ਸਹੀ ਆਂਸਰ ਦੱਸੋ? ਹਾਂਜੀ, ਲੀਨਿੰਗ ਹੁੰਦਾ ਬੱਚੇ ਸਿੱਧੇ ਖੜੇ ਹੋ ਕੇ ਆਪਣੇ ਜਿਹੜਾ ਹੈਗਾ ਅਪਰ ਵਾਲੇ ਬੋਡੀ ਪਾਰਟਸ ਨੂੰ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ। ਜਿਹੜਾ ਆਪਣਾ ਅਪਰ ਬੋਡੀ ਪਾਰਟ ਆ ਉਹਨੂੰ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ। ਦ ਬੋਏ ਵਾਸ ਲੀਨਿੰਗ ਅਗੇਂਸਟ ਦ ਪਿਲਰ। ਕੀ ਆ ਗਿਆ ਬੱਚੇ ਸਹੀ ਆਂਸਰ? ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਂਸਰ। ਦ ਬੋਏ ਵਾਸ ਲੀਨਿੰਗ ਅਗੇਂਸਟ ਦ ਪਿਲਰ ਵਿਦ ਹਿਸ ਹੈਂਡਸ ਇਨ ਹਿਸ ਪਾਕਿਟਸ। ਹਾਂਜੀ, ਨੈਕਸਟ ਚਲੀਏ। ਕੁਐਸਚਨ ਨੰਬਰ 20 ਇਜ਼ ਦੇਅਰ। ਦੀਸ ਐਪਲਸ ਰੁਪੀਸ 100 ਪਰ ਕੇਜੀ। ਡੂ ਯੂ ਥਿੰਕ ਦੇ ਆਰ ਐਕਸਪੈਂਸਿਵ?
These apples rupees 100 per kg. Do you think they are expensive? Cost is costing, has cost, or costs? That should be the right answer. ਹਾਂਜੀ these apples ਤਾਂ ਗੱਲ ਕੀਤੀ ਗਈ ਹੈ ਬੱਚੇ apples ਦੀ these apples ਕਿਹਨੂੰ ਰਿਪਰੈਜ਼ੈਂਟ ਕਰ ਰਿਹਾ ਸਬਜੈਕਟ ਸਿੰਗ ਪਲੂਰਲ ਨਾਊਨ ਨੂੰ ਤਾਂ ਕੀ ਲਗਾ ਦਾਂਗੇ ਬੱਚੇ ਆਪਾਂ ਫਿਰ ਵਰਬ ਵੀ ਕਿਹੜੀ ਯੂਜ਼ ਕਰਾਂਗੇ ਪਲੂਰਲ ਵਰਬ ਤਾਂ ਕੀ ਆ ਜਾਏਗਾ ਕਾਸਟ What we will write over here? Cost. These apple cost rupees 100 per kg. Option number 1 is the right option. Okay. Hanji bache. Next. Movie makers generally historical facts to write their stories. Movie makers generally historical facts to write their stories. Explain, correct, account or adapt. Ki option rahegi bacche dasso. Movie makers generally historical facts to write their stories. ਆਪਣੀ ਸਟੋਰੀਜ਼ ਨੂੰ ਰਾਈਟ ਕਰਨ ਦੇ ਲਈ ਜੋ ਮੂਵੀ ਮੇਕਰਸ ਨੇ ਬੱਚੇ ਕੀ ਕਰਦੇ ਨੇ ਉਹ ਐਕਸਪਲੇਨ ਕਰਦੇ ਨੇ ਕਰੈਕਟ ਕਰਦੇ ਨੇ ਅਕਾਊਂਟ ਕਰਦੇ ਨੇ ਜਾਂ ਫਿਰ ਅਡੈਪਟ ਕਰਦੇ ਨੇ ਹਾਂਜੀ ਕੀ ਆਏਗਾ ਬੱਚੇ ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਪਸ਼ਨ ਅਡੈਪਟ ਕੀ ਹੁੰਦਾ ਬੱਚੇ ਆਪਣੇ ਆਪ ਨੂੰ ਕਿਸੇ ਚੀਜ਼ ਦੇ ਅਕੋਰਡਿੰਗ ਹੀ ਬਣਾ ਲੈਣਾ ਤਾਂ ਅਡੈਪਟ ਕਰਦੇ ਨੇ ਠੀਕ ਹੈ ਕਿਸੇ ਮਤਲਬ ਕਿ ਨਵੀਂ ਚੀਜ਼ ਦੇ ਅਕੋਰਡਿੰਗ ਆਪਣੇ ਆਪ ਨੂੰ ਬਣਾ ਲੈਣਾ ਉਹ ਕੀ ਹੁੰਦਾ ਆਪਣਾ ਅਡੈਪਟੇਸ਼ਨ ਹੁੰਦੀ ਆ ਮੂਵੀ ਮੇਕਰ ਜਨਰਲੀ ਕੀ ਕਰਦੇ ਨੇ ਅਡੈਪਟ ਕਰਦੇ ਨੇ ਨੈਕਸਟ ਹਾਂਜੀ ਬੱਚੇ ਅੱਜ ਦੀ ਕਲਾਸ ਲਈ ਇੰਨਾ ਹੀ ਸੀ ਨੈਕਸਟ ਜਿਹੜਾ ਹੈਗਾ ਆਪਣੇ ਕੋਲੇ ਆਨਲਾਈਨ ਆਫਲਾਈਨ ਜਿਹੜੇ ਬੈਚਸ ਨੇ ਬੱਚੇ ਪੰਜਾਬ ਪੁਲਿਸ ਰਿਗਾਰਡਿੰਗ ਕਾਂਸਟੇਬਲ ਦਾ ਹੋ ਗਿਆ ਲੇਬਰ ਇਨਸਪੈਕਟਰ ਠੀਕ ਹੈ ਜਿੰਨੇ ਵੀ ਜਿਹੜੇ ਕੋਰਸਸ ਨੇ ਹੈਗੇ ਆਪਣੇ ਕੋਲੇ ਜਸਟ ਜਿਹੜੇ ਹੈਗੇ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਅਵੇਲੇਬਲ ਨੇ ਜਸਟ 4099 ਦੇ ਵਿੱਚ ਜਿਹੜੇ ਹੈਗੇ ਨੇ ਤੁਹਾਨੂੰ 1400 ਜਿਹੜਾ ਮੰਨ ਲਓ ਵੀ 1500 ਦੇ ਵਿੱਚ ਜਿਹੜਾ ਹੈਗਾ ਇਹ ਬੈਚ ਜਿਹੜਾ ਤੁਸੀਂ ਲੈ ਸਕਦੇ ਹੋ ਠੀਕ ਹੈ ਹਾਂਜੀ ਤੇ ਨੈਕਸਟ ਇੱਕ ਆਪਣੇ ਕੋਲੇ ਬੱਚੇ ਪੀਐਸ ਟੈਟ ਦੇ ਨਾਲ ਰਿਲੇਟਡ ਵੀ ਜਿਹੜੇ ਆਨਲਾਈਨ ਤੇ ਆਫਲਾਈਨ ਦੋਨੋਂ ਬੈਚ ਜਿਹੜੇ ਨੇ ਸਟਾਰਟ ਆਪਾਂ ਕਰ ਚੁੱਕੇ ਹਾਂ ਠੀਕ ਹੈ ਤੇ ਇਸ ਨੰਬਰ ਤੇ ਜਾ ਕੇ ਅਗਰ ਕੋਈ ਵੀ ਤੁਹਾਡੀ ਇਨਕੁਆਇਰੀਜ਼ ਆਉਂਦੀ ਹੈ ਤੇ ਇਸ ਨੰਬਰ ਤੇ ਜਾ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਤਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਰਿਗਾਰਡਿੰਗ ਮਿਲ ਜੂਗੀ ਹਾਂਜੀ ਹਾਂਜੀ ਠੀਕ ਹੈ ਬੱਚੇ ਓਕੇ ਮਿਲਦੇ ਹਾਂ ਫਿਰ ਕੱਲ੍ਹ ਦੀ ਕਲਾਸ ਦੇ ਵਿੱਚ ਹਾਂਜੀ